ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਆਦਮ ਨਮਸਤੇ ਹਾਜ਼ਰ ਹੈ ਮਨਪ੍ਰੀਤ ਲੈ ਕੇ ਤੁਹਾਡਾ ਖਾਸ ਪ੍ਰੋਗਰਾਮ ਮਾਰਨਿੰਗ ਵਿਦ ਮਨਪ੍ਰੀਤ ਸੋ ਪਹਿਲਾ ਤਾਂ ਮਾਫੀ ਕਿ ਇਨੇ ਦਿਨਾਂ ਤੋਂ ਜਿਹੜਾ ਹੈਗਾ ਤੁਹਾਡੇ ਰੂਬ ਰੂਬ ਨਹੀਂ ਹੋ ਸਕੇ ਹਾਲਤ ਜ਼ਿਆਦਾ ਖਰਾਬ ਹੈ ਤੁਸੀਂ ਦੇਖ ਹੀ ਸਕਦੇ ਹੋ ਆਵਾਜ਼ ਹੀ ਬਹੁਤ ਜ਼ਿਆਦਾ ਜੜੀ ਹੈਗੀ ਪਾਰੀ ਹੋ ਰਹੀ ਹੈ ਇੰਨਾ ਜ਼ਿਆਦਾ ਕੋਲਡ ਔਰ ਫੀਵਰ ਹੈ ਬਹੁਤ ਜ਼ਿਆਦਾ ਹੀ ਜੜੀ ਹੈਗੀ ਆ ਗਲਾ ਖਰਾਬ ਹੋ ਗਿਆ ਸੀਗਾ ਜਾਂ ਬਹੁਤ ਜ਼ਿਆਦਾ ਹੀ ਤਬੀਅਤ ਮੇਰੀ ਖਰਾਬ ਹੋ ਗਈ ਸੀ ਜਿਸ ਕਰਕੇ ਮੈਂ ਮਾਰਨਿੰਗ ਵਿਦ ਮਨਪ੍ਰੀਤ ਆ ਹੈਗਾ ਨਹੀਂ ਲੈ ਕੇ ਆ پائی ਸੋ ਇਸ ਲਈ ਤੁਹਾਡੇ ਕੋਲ ਸਾਰਿਆਂ ਕੋਲੋਂ ਪਹਿਲਾਂ ਅਸੀਂ ਮਾਫੀ ਮੰਗਦੇ ਆ ਤੇ ਅੱਜ ਦੁਬਾਰਾ ਹਾਜ਼ਰ ਹੋ ਗਏ ਆ ਮਾਰਨਿੰਗ ਵਿਦ ਮਨਪ੍ਰੀਤ ਦੇ ਨਾਲ ਸੋ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਠੀਕ ਹੋ ਸਾਰੇ अपना ख्याल रखਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਮਹਾਮਾਰੀ ਨੇ ਨੱਕ ਚ ਦਮ ਕੀਤਾ ਹੋਇਆ ਹੈ ਮਹਾਮਾਰੀ ਤੇਜ਼ੀ ਦੇ ਨਾਲ ਫੈਲ ਰਹੀ ਹੈ ਕਰੋਨਾ ਮਹਾਮਾਰੀ ਦੀ ਮੈਂ ਗੱਲ ਕਰ ਰਹੀ ਹਾਂ ਲਗਾਤਾਰ ਹੀ ਤੇਜ਼ੀ ਦੇ ਨਾਲ ਇਸ ਦੇ ਵਿੱਚ ਵਾਧਾ ਹੋ ਰਿਹਾ ਹੈ ਜੇ ਮੈਂ 24 ਘੰਟਿਆਂ ਦੀ ਗੱਲ ਕਰਾਂ ਤਾਂ 24 ਘੰਟਿਆਂ ਦੇ ਵਿੱਚ ਜਿਹੜੀਆਂ 46 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਤੇ 2800 ਦੇ ਕਰੀਬ ਜਿਹੜੇ ਹੈਗੇ ਆ ਨਵੇਂ ਮਾਮਲੇ ਉਹ ਸਾਹਮਣੇ ਆਏ ਨੇ ਸੋ ਆਪਣਾ ਧਿਆਨ ਰੱਖਿਆ ਕਰੋ ਬਚ ਕੇ ਰਹੋ ਕਰੋਨਾ ਤੋਂ ਬਹੁਤ ਜ਼ਰੂਰੀ ਹੈ ਤੁਹਾਡੀ ਚੰਗੀ ਸਿਹਤ ਬਹੁਤ ਜ਼ਰੂਰੀ ਆਪਣਾ ਖਿਆਲ ਰੱਖੋ ਆਪਣੇ ਪਰਿਵਾਰ ਦਾ ਜਿਆਦਾ ਤੋਂ ਜਿਆਦਾ ਜਿਹੜਾ ਹੈਗਾ ਖਿਆਲ ਰੱਖਿਆ ਕਰੋ ਮਾਸਕ ਪਾਓ ਸੈਨੀਟਾਈਜ਼ਰ ਵਰਤੋ ਅਗਰ ਕੁਝ ਵੀ ਖਾਣਾ ਆ ਕੋਈ ਬਾਹਰੋਂ ਤੁਸੀਂ ਚੀਜ਼ ਲੈ ਕੇ ਆ ਰਹੇ ਹੋ ਕੋਈ ਪੈਕਟ ਵਾਲੀ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਖਾਓ ਫਰੂਟਸ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ ਜਿਆਦਾ ਤੋਂ ਜਿਆਦਾ ਜਿਹੜਾ ਹੈਗਾ ਪਾਣੀ ਪੀਓ ਇਹ ਤੁਹਾਡੇ ਲਈ ਜਿਹੜਾ ਹੈਗਾ ਬਹੁਤ ਜ਼ਰੂਰੀ ਆ ਜੇ ਤੁਸੀਂ ਕੋਰੋਨਾ ਮਹਾਮਾਰੀ ਨੂੰ maat ਦੇਣੀ ਆ ਸੋ ਲਗਾਤਾਰ ਇਸ ਦਾ ਕਹਿਰ ਵੱਧਦਾ ਜਾ ਰਿਹਾ ਹੈ ਪਰ ਤੁਸੀਂ ਜਿਹੜਾ ਹੈਗਾ ਮਾਸਕ ਜ਼ਰੂਰ ਪਾਓ ਬਚ ਕੇ ਰਹੋ ਇਹਨਾਂ ਚੀਜ਼ਾਂ ਤੋਂ ਤੇ ਹੁਣ ਗੱਲ ਆਪਾਂ ਖਬਰਾਂ ਦੀ ਕਰਦੇ ਆ ਖਬਰਾਂ ਪਹਿਲਾਂ ਅਰੁਣ ਨਰੰਗ ਦੀਆਂ ਭਾਜਪੀ ਦੇ ਲੀਡਰ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਕੱਲ ਜੋ ਵੀ ਹੋਇਆ ਕਿਸਾਨਾਂ ਦਾ ਵੱਡਾ ਹਜੂਮ ਪਹੁੰਚ ਗਿਆ ਸੀ ਮਲੋੜ ਦੇ ਵਿੱਚ ਬੀਜੇਪੀ ਆਗੂ ਜਿਹੜੇ ਮਲੋੜ ਪਹੁੰਚੇ ਸੀਗੇ ਪਾਜਪਾ ਦਫਤਰ ਦੇ ਵਿੱਚ ਜਿੱਥੇ ਉਹਨਾਂ 'ਤੇ ਹਮਲਾ ਕੀਤਾ ਗਿਆ ਹਮਲਾ ਉਹਨਾਂ ਦੇ ਕੱਪੜੇ ਤੱਕ ਫਾੜ ਦਿੱਤੇ ਗਏ ਕਾਲੀ ਸਿਆਹੀ ਉਹਨਾਂ 'ਤੇ ਛੁੱਟੀ ਗਈ ਸੀਗੀ ਜ਼ੋਰਦਾਰ ਵਿਰੋਧ ਕੀਤਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਜੱਜ ਦੀ ਅਖਬਾਰਾਂ 'ਚ ਲਿਖਿਆ ਹੈ ਕਿ ਉਹਨਾਂ ਨੇ ਕਾਲੇ ਕਾਨੂੰਨਾਂ ਦੀ ਜੜੀ ਹੈਗੀ ਹਮਾਇਤ ਕੀਤੀ ਸੀ ਉਸ ਦੀ ਤਾਰੀਫ ਕੀਤੀ ਸੀ ਜਿਸ ਕਰਕੇ ਜੜਾ ਹੈਗਾ ਕਿਸਾਨਾਂ ਦਾ ਵੱਡਾ ਹਜੂਮ ਉਥੇ ਪਹੁੰਚਿਆ ਤੇ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਜੜੀ ਹੈਗੀ ਆ ਨਾ ਰੰਗ ਨਾਲ ਬਤਮੀਜ਼ੀ ਕੀਤੀ ਪਰ ਇਸ ਦੀ ਹਰ ਪਾਸੇ ਨਿੰਦਾ ਹੋ ਰਹੀ ਆ ਵਿਰੋਧ ਕਰਨਾ ਠੀਕ ਹੈ ਪਰ ਕਿਸੇ ਤੇ ਜਿਹੜਾ ਹੈਗਾ ਹਮਲਾ ਕਰਨਾ ਇਸ ਤਰ੍ਹਾਂ ਉਸ ਦੀ ਇੱਜ਼ਤ ਨੂੰ ਤਾਰ-ਤਾਰ ਕਰਨਾ ਇਹ ਸਹੀ ਨਹੀਂ ਇਹ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਇਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਜਿਹੜੀ ਹੈਗੀ ਨਿੰਦਾ ਕੀਤੀ ਗਈ ਆ ਇਸ ਤੋਂ ਇਲਾਵਾ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਉਹਨਾਂ ਦੇ ਵੱਲੋਂ ਵੀ ਇਸ ਦੀ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਕੱਲ ਜਿਹੜੀ ਹੈਗੀ ਆ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਵੀ ਉਹਨਾਂ ਨੇ ਇਸ ਨੂੰ ਜਿਹੜਾ ਹੈਗਾ ਸ਼ਰਮਨਾਕ ਇੱਕ ਦੱਸਿਆ ਆ ਗਲਤ ਜਿਹੜੀ ਇਹ ਹਰਕਤ ਕੀਤੀ ਗਈ ਆ ਉਹ ਵੀ ਇਹਨਾਂ ਨੇ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਨਿੰਦਾ ਕੀਤੀ ਆ ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਜੜੀ ਹੈਗੀ ਆ ਖੁਦ ਇਸ ਸਥਿਤੀ ਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਭਾਜਪਾ ਆਪਣਾ ਅੜੀਲ ਰਵਈਆ ਨਹੀਂ ਛੱਡ ਰਹੀ ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੋਂ ਬੈਠਾ ਹੋਇਆ ਹੈ ਪਹਿਲਾਂ ਕੜਾਕੇ ਦੀ ਠੰਡ ਦੇ ਵਿੱਚ ਤੇ ਹੁਣ ਜਿਹੜੀ ਅੱਤ ਦੀ ਗਰਮੀ ਦਿਨੋ ਦਿਨ ਪੈ ਰਹੀ ਹੈ ਦਿੱਲੀ ਦੀਆਂ ਬਰੂਹਾਂ ਤੇ ਕਾਇਮ ਹੈ ਚਾਹੇ ਗਾਜ਼ੀਪੁਰ ਹੋਵੇ ਕੁੰਡਲੀ ਹੋਵੇ ਤੇ ਟਿੱਕਰੀ ਹੋਵੇ ਲਗਾਤਾਰ ਹੀ ਕਿਸਾਨ ਬੱਚੇ ਤੋਂ ਲੈ ਕੇ ਬਜ਼ੁਰਗ ਮੈਲਾ ਹਰ ਕੋਈ ਆਪਣੇ ਹੱਕਾਂ ਦੇ ਲਈ ਲੜਾਈ ਲੜ ਰਿਹਾ ਹੈ ਦਿੱਲੀ ਦੇ ਵਿੱਚ ਪਰ ਜਿਹੜੀ ਬੀਜੇਪੀ ਹੈ ਉਸਨੇ ਆਪਣਾ ਅੜੀਲ ਰਵਈਆ ਨਹੀਂ ਛੱਡਿਆ ਹੋਇਆ ਬੀਜੇਪੀ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਪੰਜਾਬ ਦੇ ਵਿੱਚ ਬੀਜੇਪੀ ਆਗੂਆਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਤੇ ਉਸ ਦੀ ਜੇ ਆਪਾਂ ਤਸਵੀਰ ਕਹੀਏ ਤਸਵੀਰ ਸਾਹਮਣੇ ਅਰुण ਨਾਰੰਗ ਦੀ ਆਈ ਹੈ ਕਿ ਲੋਕ ਕਿਸ ਕਦਰ ਜੜੇ ਨੇ ਕਿਸਾਨ ਕਹਿ ਲੋ ਲੋਕ ਕਹਿ ਰਹੇ ਨੇ ਕਿਸ ਕਦਰ ਭਾਜਪੀ ਨੂੰ ਜੜਾ ਹੈਗਾ ਨਕਾਰ ਚੁੱਕੇ ਨੇ ਕਿ ਉਹਨਾਂ ਨੂੰ ਵੜਾ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਪਹਿਲਾਂ ਜੇ ਵਿਜੇ ਸਾਮਪਲਾ ਦੀ ਕਈ ਲੀਡਰ ਨੇ ਭਾਜਪੀ ਦੇ ਜਿਨ੍ਹਾਂ ਤੇ ਹਮਲੇ ਹੋਏ ਸੀਗੇ ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ਜਦੋਂ ਜਦੋਂ ਜੜੀਆਂ ਹੈਗੀਆਂ ਰੈਲੀਆਂ ਉਹ ਰੈਲੀਆਂ ਜਿਹੜਾ ਹੈਗਾ ਉਹ ਕਰਦੇ ਸੀਗੇ ਤਾਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਕਿਉਂਕਿ ਖੇਤੀ ਕਾਨੂੰਨਾ ਦਾ ਮਾਮਲਾ ਲਗਾਤਾਰ ਭਖਿਆ ਹੋਇਆ ਹੈ ਗੱਲ ਹੀ ਕੀਤੀ ਜਾਂਦੀ ਆ ਕਿ ਜਿਹੜੀ ਗੱਲਬਾਤ ਆ ਸਰਕਾਰ ਸ਼ੁਰੂ ਕਰੇ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਪਰ ਫਿਲਹਾਲ ਸਰਕਾਰ ਦਿੱਤੇ ਕਿਸਾਨਾਂ ਦੀ ਜਿਹੜੀ ਗੱਲਬਾਤ ਤੇ ਬ੍ਰੇਕ ਲੱਗੀ ਹੋਈ ਆ ਬ੍ਰੇਕ ਇਹਨਾਂ ਦੀ ਗੱਲਬਾਤ ਜਿਹੜੀ ਮੁੜ ਤੋਂ ਨਹੀਂ ਹੋਈ ਪਰ ਦੋਨੋਂ ਆਪਣੇ ਆਪਣੇ ਸਟੈਂਡ ਤੇ ਕਾਇਮ ਨੇ ਕਿਸਾਨ ਕਹਿ ਰਹੇ ਨੇ ਅਸੀਂ ਆਪਣਾ ਜਿਹੜਾ ਇਨ ਖੇਤੀ ਕਾਨੂੰਨਾ ਰੱਦ ਕਰਵਾਏ ਬਿਨਾ ਦਿੱਲੀ ਦੀਆਂ ਬਰੂਹਾਂ ਤੋਂ ਨਹੀਂ ਉਠਾਂਗੇ ਪਰ ਬੀਜੇਪੀ ਮੋਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜਾ ਹੈਗਾ ਆ ਕਾਨੂੰਨ ਰੱਦ ਨਹੀਂ ਕਰਨੇ ਫਿਰ ਚਾਹੇ ਜੋ ਮਰਜੀ ਕਰ ਲੋ ਸੋ ਇਹ ਜਿਹੜਾ ਦੋਨਾਂ ਦੇ ਵਿੱਚ ਅਸ਼ਸ਼ੋਕ ਪੰਜ ਬਣਿਆ ਹੋਇਆ ਫਿਲਹਾਲ ਕਦੋਂ ਇਹ ਸਥਿਤੀ ਜੜੀ ਹੈਗੀ ਠੀਕ ਹੁੰਦੀ ਆ ਕਦੋਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਇਹ ਫਿਲਹਾਲ ਜਿਹੜਾ ਹੈਗਾ ਦੇਖਣਾ ਹੋਵੇਗਾ ਪਰ ਇਸੇ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਲਗਾਤਾਰ ਹੀ ਆਪਣੀ ਜੜੀ ਹੈਗੀ ਕਮਰ ਕੱਸੀ ਹੋਏ ਨੇ ਜਿਸ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਅੱਜ ਰੈਲੀ ਕੀਤੀ ਜਾਣੀ ਹੈ ਵੱਡੀ ਰੈਲੀ ਅੱਜ ਕਿਸਾਨ ਜਿਹੜੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੂੰਜਣਗੇ ਜੀ ਹਾਂ ਉੱਥੇ ਅੱਜ ਜਕਾਰੇ ਬੁਲਾਏ ਜਾਣਗੇ ਸ਼੍ਰੀ ਨਾਨਪੁਰ ਸਾਹਿਬ ਦੇ ਵਿੱਚ ਪਲਕੇ ਹੋਲਾ ਮਹੱਲਾ ਹੈ ਤੋਂ ਸਾਰਿਆਂ ਨੂੰ ਪਹਿਲਾਂ ਐਡਵਾਂਸ ਦੇ ਵਿੱਚ ਹੈਪੀ ਹੋਲੀ ਸੋ ਹੋਲੀ ਮਨਾਓ ਪਰ ਘਰਾਂ ਦੇ ਵਿੱਚ ਰਹਿ ਕੇ ਇਸ ਤੇ ਵੀ ਮੈਂ ਆਉਂਗੀ ਪਰ ਪਹਿਲਾਂ ਮੈਂ ਦੱਸਦਾ ਕਿ ਅੱਜ ਕਿਸਾਨਾਂ ਦੇ ਵੱਲੋਂ ਜਿਹੜੀ ਸ਼੍ਰੀ ਨਾਨਪੁਰ ਸਾਹਿਬ ਦੇ ਵਿੱਚ ਰੈਲੀ ਹੈ ਉੱਥੇ ਜੜਾ ਹੈਗਾ ਕਿਸਾਨ ਜੜਾ ਹੈਗਾ ਜਗਰਜਣਗੇ ਵੱਡੀ ਪੱਦਰ ਦੇ ਵਿੱਚ ਅੱਜ ਵੱਡੀ ਕੈਂਤੀ ਦੇ ਵਿੱਚ ਉੱਥੇ ਕਿਸਾਨਾਂ ਦਾ ਹਜੂਮ ਜਿਹੜਾ ਹੈਗਾ ਆ ਉਹ ਇਕੱਠਾ ਹੋਵੇਗਾ ਸੋ ਇਸ ਤੋਂ ਇਲਾਵਾ ਗੱਲ ਹੋਲੀ ਦੀ ਕਰਦੇ ਆ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਅਡਵਾਂਸ ਦੇ ਵਿੱਚ ਹੋਲੀ ਦੀਆਂ ਜੀ ਹੋਲੀ ਮਨਾਓ ਪਰਕਰਾਂ ਦੇ ਵਿੱਚ ਰਹਿ ਕੇ ਮਨਾਓ ਸਰਕਾਰ ਨੇ ਵੀ ਇਹ ਕਹਿ ਰੱਖਿਆ ਹੈ ਕਿ ਆਪਣੇ ਘਰਾਂ ਦੇ ਵਿੱਚ ਹੋਲੀ ਜੜੀ ਹੈਗੀ ਆ ਤੁਸੀਂ ਮਨਾਓ ਕਿਉਂਕਿ ਕਈ ਜਿਹੜੇ ਰੰਗ ਹੁੰਦੇ ਨੇ ਉਹਨਾਂ ਵਿੱਚ ਕੈਮੀਕਲਸ ਵੀ ਹੁੰਦਾ ਹੈ ਤੁਹਾਡੀ ਸਕਿਨ ਨੂੰ ਵੀ ਖਰਾਬ ਕਰ ਸਕਦੇ ਨੇ ਤੁਹਾਨੂੰ ਵੀ ਜੜਾ ਹੈਗਾ ਪਰੇਸ਼ਾਨੀ ਹੋ ਸਕਦੀ ਹੈ ਖਾਸ ਕਰ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖੋ ਕਿਉਂਕਿ ਬੱਚੇ ਜਿਹੜੇ ਹੈਗੇ ਥੋੜੇ ਲਾਹ ਪਰਵਾਹ ਹੁੰਦੇ ਨੇ ਸੋ ਬੱਚਿਆਂ ਨੂੰ ਜ਼ਰੂਰੀ ਨਾ ਚੀਜ਼ਾਂ ਦੇ ਬਾਰੇ ਸਮਝਾਓ ਤੇ ਹੋਲੀ ਜਿਹੜੀ ਹੈ ਇਸ ਵਾਰ ਆਪਣੇ ਘਰਾਂ ਦੇ ਵਿੱਚ ਰਹਿ ਕੇ ਹੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਮਨਾਓ ਤੁਸੀਂ ਮੰਨੋਗੇ ਨਹੀਂ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਛੋਟੇ ਤੋਂ ਛੋਟਾ ਤਿਉਹਾਰ ਵੀ ਜਦੋਂ ਅਸੀਂ ਆਪਣੇ ਫੈਮਲੀ ਦੇ ਨਾਲ ਮਨਾਉਂਦੇ ਆ ਤਾਂ ਜਿਹੜੀ ਉਹ ਖੁਸ਼ੀ ਹੁੰਦੀ ਹੈ ਉਹ ਤਾਂ ਫਿਰ ਲੱਖਾਂ ਕਰੋੜਾ ਰੁਪਏ ਦੇ ਕੇ ਵੀ ਜਿਹੜੀ ਖੁਸ਼ੀ ਆ ਉਹ ਸੀ ਉਹ ਲੈ ਨਹੀਂ ਸਕਦੇ ਸੋ ਹੋਲੀ ਜ਼ਰੂਰ ਮਨ ਮਨਾਓ ਪਰ ਘਰਾਂ ਦੇ ਵਿੱਚ ਰਹਿ ਕੇ ਵੀ ਕਿਉਂਕਿ ਤੁਹਾਡੀ ਜਿਹੜੀ ਫਿਕਰ ਸਾਰਿਆਂ ਨੂੰ ਹੈ ਤੁਹਾਡੀ ਫਿਕਰ ਤੁਹਾਡੇ ਪਰਿਵਾਰ ਨੂੰ ਹੈ ਤੁਹਾਡੇ ਭੈਣਾਂ ਭਰਾਵਾਂ ਨੂੰ ਹੈ ਤੁਹਾਡੇ ਰਿਸ਼ਤੇਦਾਰਾਂ ਨੂੰ ਹੈ ਤੁਹਾਡੀ ਵਾਈਫ ਨੂੰ ਹੈ ਤੁਹਾਡੇ ਹਸਬੰਡ ਨੂੰ ਹੈ ਸੋ ਸਾਰਿਆਂ ਨੂੰ ਤੁਹਾਡੀ ਫਿਕਰ ਹੈ ਸੋ ਆਪਣਾ ਧਿਆਨ ਰੱਖੋ ਹੋਲੀ ਘਰਾਂ ਦੇ ਵਿੱਚ ਰਹਿ ਕੇ ਹੀ ਮਨਾਓ ਜਿਆਦਾ ਜਿਹੜਾ ਹੈਗਾ ਤੁਹਾਡੇ ਲਈ ਇਹ ਜ਼ਰੂਰੀ ਆ ਸੋ ਫਿਲਹਾਲ ਮੇਰਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਜ਼ੁਕਾਮ ਦੇ ਨਾਲ ਮੈਨੂੰ ਨਹੀਂ ਲੱਗਦਾ ਕੱਲ ਮੈਂ ਹੋਲੀ ਖੇਡ ਪਾਉਂਗੀ ਪਰ ਤੁਸੀਂ ਹੋਲੀ ਜਿਹੜੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਜੜੇਗੀ ਜ਼ਰੂਰ ਮਨਾਓ ਤੇ ਆਪਣੇ ਜਿਹੜੇ ਵਿਊਜ਼ ਆ ਕਿ ਕਿਵੇਂ ਤੁਸੀਂ ਹੋਲੀ ਮਨਾਈ ਕੱਲ ਮੈਂ ਫਿਰ ਲਾਈਵ ਹੋਵਾਂਗੀ ਤੇ ਤੁਸੀਂ ਜਿਹੜਾ ਹੈਗਾ ਆਪਣੇ ਵਿਊਜ਼ ਸਾਨੂੰ ਜ਼ਰੂਰ ਦੇਣੇ ਕਮੈਂਟ ਦੇ ਜ਼ਰੀਏ ਹੁਣ ਵੀ ਤੁਸੀਂ ਕਮੈਂਟ ਰਾਈ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਜਿਹੜਾ ਕੀ ਕੀ ਪਲੈਨਿੰਗ ਕਰ ਰੱਖੀ ਹੈ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਹੋਲੀ ਮਨਾਉਣ ਦੀ ਕਿਵੇਂ ਤੁਸੀਂ ਹੋਲੀ ਮਨਾਓਗੇ ਕੀ ਕੁਝ ਕਰਨ ਜਾ ਰਹੇ ਹੋ ਕੀ ਕੁਝ ਕੱਲ ਜਿਹੜੀ ਹੈਗੀ ਖਾਣ ਨੂੰ ਬਣੇਗਾ ਮਤਲਬ ਇਹ ਸਾਰੀਆਂ ਚੀਜ਼ਾਂ ਇੱਕ ਗੁਜਿਆ ਬਣਾਉਂਦੇ ਨੇ ਗੁਜਰਾਤੀ ਸ਼ਾਇਦ ਹੋਲੀ ਤੇ ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੁਸੀਂ ਵੀ ਮੈਨੂੰ ਜੜਾਗਾ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਜੜਾ ਹੋਲੀ ਵਾਲੇ ਦਿਨ ਕੀ ਖਾਣਾ ਜੜਾ ਪਸੰਦ ਆ ਉਹ ਕਰਦੇ ਹੋ ਕਿਵੇਂ ਸੈਲੀਬ੍ਰੇਟ ਕਰੋਗੇ ਸੋ ਤੁਸੀਂ ਆਪਣੇ ਕਮੈਂਟ ਰਾਈਟ ਜਿਹੜਾ ਹੈਗਾ ਮੈਨੂੰ ਦੱਸ ਸਕਦੇ ਤਾਂ ਜੋ ਮੈਂ ਉਹ ਸਾਰੇ ਜਿਹੜੇ ਹੈਗੇ ਲੋਕਾਂ ਨੂੰ ਵੀ ਆਪਣੇ ਦਰਸ਼ਕਾਂ ਨੂੰ ਵੀ ਜਿਹੜਾ ਹੈਗਾ ਦੱਸ ਸਕਾਂ ਸੋ ਇਸ ਤੋਂ ਇਲਾਵਾ ਅੱਜ ਮਨ ਕੀ ਬਾਤ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ 11 ਵਜੇ ਉਹ ਦੇਸ਼ ਵਾਸੀਆਂ ਦੇ ਨਾਲ ਮਨ ਕੀ ਬਾਤ ਕਰਨਗੇ ਜਿਹੜੇ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਨੂੰ ਲੈ ਕੇ ਵੀ ਨਰਿੰਦਰ ਮੋਦੀ ਦੇ ਵੱਲੋਂ ਜਿਹੜੀ ਚਰਚਾ ਕੀਤੀ ਜਾ ਸਕਦੀ ਹੈ ਕਿ ਕੁਝ ਨਵੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਫਿਲਹਾਲ ਦਿੱਤੀਆਂ ਜਾਣ ਗਿਆ ਜਾਂ ਕਿ ਕੁਝ ਨਵੇਂ ਹੋਰ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਉਸ ਬਾਰੇ ਵੀ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਾਣ ਕਰ ਸਕਦੇ ਨੇ ਸੋ ਇਹ ਜਿਹੜਾ ਹੈਗਾ ਆ ਅੱਜ 11 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਨਗੇ ਕਰੋਨਾ ਦੀ ਗੱਲ ਜਿਹੜੀ ਹੈਗੀ ਉਹਨਾਂ ਵੱਲੋਂ ਕੀਤੀ ਜਾਵੇਗੀ ਸੋ ਇਸ ਤੋਂ ਇਲਾਵਾ ਬੀਜੇਪੀ ਇਹ ਗੱਲ ਰਹਿ ਗਈ ਬੀਜੇਪੀ ਜਿਹੜਾ ਕੱਲ ਹਮਲਾ ਹੋਇਆ ਸੀ ਅਰੂਨਾ ਰੰਗ ਤੇ ਬੀਜੇਪੀ ਦਾ ਇਹ ਕਾ ਜੋ ਵਫਦ ਰਾਜਪਾਲ ਨੂੰ ਮਿਲੇਗਾ ਮੰਗ ਪੱਤਰ ਸੌਂਪੇਗਾ ਕਾਰਵਾਈ ਦੀ ਜਿਹੜੀ ਮੰਗ ਕਰੇਗਾ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਜਿਹੜੀ ਹੈਗੀ ਆ ਪ੍ਰੈਸ ਕਾਨਫਰੈਂਸ ਵੀ ਕੀਤੀ ਜਾਵੇਗੀ ਜਿਸ ਦੇ ਵਿੱਚ ਪ੍ਰੈਸ ਕਾਨਫਰੈਂਸ ਕੀਤੀ ਜਾਵੇਗੀ ਜਿਸ ਦੇ ਵਿੱਚ ਇਹਨਾਂ ਵੱਲੋਂ ਸਾਰੇ ਆਪਣੇ ਦੱਸਿਆ ਜਾਵੇਗਾ ਜੋ ਰਾਜਪਾਲ ਨੂੰ ਮੰਗ ਪੱਤਰ ਦੇਣਗੇ ਅਰੂਨਾ ਰੰਗ ਅਨੂਰ ਰੰਗ ਤੇ ਬੀਜੇਪੀ ਲੀਡਰਾਂ ਦੇ ਵੱਲੋਂ ਜੋ ਮੰਗ ਪੱਤਰ ਦਿੱਤਾ ਜਾਵੇਗਾ ਜੋ ਰੂਰ ਨਰੰਗ ਤੇ ਕੱਲ ਹਮਲਾ ਹੋਇਆ ਸੀ ਕੱਪੜੇ ਫਾਰ ਦਿੱਤੇ ਗਏ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਵਿੱਚ ਇੱਕ ਐਸਐਸਪੀ ਵੀ ਜਿਹੜੇ ਹੈਗੇ ਜ਼ਖਮੀ ਹੋਏ ਨੇ ਪੁਲਿਸ ਨੇ ਬੜੀ ਹੀ ਮੁਸ਼ਕਲ ਦੇ ਨਾਲ ਅਰੂ ਨਰੰਗ ਨੂੰ ਜਿਹੜਾ ਇੱਕ ਦੁਕਾਨ ਦੇ ਅੰਦਰ ਲੈ ਜਾਇਆ ਗਿਆ ਜਿੱਥੇ ਉਹਨੇ ਸ਼ਟਰ ਡਾਊਨ ਕੀਤਾ ਫਿਰ ਇਹਨਾਂ ਨੂੰ ਬਚਾਇਆ ਗਿਆ ਕਿਉਂਕਿ ਵੱਡਾ ਹਜੂਮ ਜਿਹੜਾ ਹੈਗਾ ਕਿਸਾਨਾਂ ਦਾ ਉੱਥੇ ਪਹੁੰਚ ਗਿਆ ਸੀ ਅਰੂ ਨਰੰਗ ਤੇ ਹਮਲਾ ਕਰਨ ਦੇ ਲਈ ਸੋ ਇਸ ਨੂੰ ਲੈ ਕੇ ਜਿਹੜਾ ਹੈਗਾ ਅੱਜ ਵਫਾਦ ਹੈ ਬੀਜੇਪੀ ਦਾ ਉਹ ਰਾਜਪਾਲ ਨੂੰ ਮਿਲੇਗਾ ਸੋ ਇਸ ਤੋਂ ਇਲਾਵਾ ਜਿਹੜੀ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਪਰ ਪੁਲਿਸ ਨੇ ਇਸ ਤੇ ਜ਼ਰੂਰ ਕਾਰਵਾਈ ਕੀਤੀ ਹੈ ਹਮਲਾ ਕਰਨ ਵਾਲਿਆਂ ਦੇ ਖਿਲਾਫ ਜਿਹੜਾ ਇਰਾਦੇ ਕਤਲ ਦੇ ਤਹਿਤ 304 ਦੀਆਂ ਧਰਾਵਾਂ ਦੇ ਤਹਿਤ ਮਾਮਲੇ ਦਰਜ ਕਰ ਦਿੱਤੇ ਗਏ ਨੇ ਜੀ ਹਾਂ ਜੋ ਇਹ ਕੱਲ ਹਮਲਾ ਹੋਇਆ ਸੀ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜੜੀ ਇਸ ਹਮਲੇ ਦੀ ਨਿੰਦਾ ਕੀਤੀ ਹੈ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਨਾਲ ਹੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਯੂਨਾ ਨੇ ਇਸ ਘਟਨਾ ਦੀ ਜੜੀ ਹੈਗੀ ਆ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਜੜੀ ਹੈਗੀ ਆ ਉਹ ਕੀਤੀ ਆ ਸੋ ਇਸ ਤੋਂ ਇਲਾਵਾ ਜਿਵੇਂ ਗੱਲ ਕਰੋਨਾ ਦੀ ਕਰਾਂ ਤਾਂ ਵੈਕਸੀਨ ਜਿਹੜੀ ਹੈਗੀ ਹੁਣ ਉਹ ਪੂਰਾ ਹਫਤਾ ਲੱਗੇਗੀ ਤੁਸੀਂ ਜਿਹੜੀ ਹੈਗੀ ਵੈਕਸੀਨ ਲਵਾ ਸਕਦੇ ਹੋ ਇੱਕ ਪਾਸੇ ਜਿੱਥੇ ਵੈਕਸੀਨ ਦਾ ਕੰਮ ਜ਼ੋਰਾਂ ਤੇ ਹੋ ਰਿਹਾ ਵੈਕਸੀਨ ਲਗਾਤਾਰ ਲੱਗ ਰਹੀ ਹੈ ਪਰ ਦੂਜੇ ਪਾਸੇ ਜਿਹੜੇ ਕਰੋਨਾ ਦੇ ਕੇਸ ਨੇ ਉਹ ਲਗਾਤਾਰ ਹੀ ਵੱਧੇ ਜਾ ਰਹੇ ਨੇ ਪਹਿਲਾ ਦੱਸ ਚੁੱਕੇ ਆ 24 ਘੰਟਿਆਂ ਦੇ ਵਿੱਚ 2890 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 43 ਦੇ ਕਰੀਬ ਜੜੀਆਂ ਹੈਗੀਆਂ ਮੌਤਾਂ ਹੋ ਚੁੱਕੀਆਂ ਨੇ ਲਗਾਤਾਰ ਕਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ ਹਿਮਾਚਲ ਹਰਿਆਣਾ ਪੰਜਾਬ ਲਗਾਤਾਰੀ ਜਿਹੜਾ ਸਰਗਮ ਸਰਗਰਮ ਹੋ ਰਿਹਾ ਹੈ ਕਰੋਨਾ ਨੂੰ ਲੈ ਕੇ ਤਾਂ ਉਥੋਂ ਦੀਆਂ ਸਰਕਾਰਾਂ ਵੀ ਜੜੀਆਂ ਕਦਮ ਚੁੱਕ ਰਹੀਆਂ ਨੇ ਇਸ ਨੂੰ ਰਾਹਤ ਪਾਉਣ ਦੇ ਲਈ ਜਿਹੜੀਆਂ ਜਨਤਕ ਥਾਵਾਂ ਤੇ ਉਹਨਾਂ ਦੇ ਇਕੱਠ ਤੇ ਵੀ ਜਿਹੜੀ ਪਾਬੰਦੀ ਲਗਾਈ ਗਈ ਹੈ ਵਿਆਹ ਸ਼ਾਦੀਆਂ ਤੇ ਜਿਵੇਂ ਤੁਸੀਂ ਜਾਣਦੇ ਹੋ 20 ਤੋਂ ਵੱਧ ਇਕੱਠ ਤੇ ਜਿਹੜੀ ਪਾਬੰਦੀ ਹੈ ਉਹ ਸਰਕਾਰਾਂ ਦੇ ਵੱਲੋਂ ਲਗਾ ਦਿੱਤੀ ਗਈ ਹੈ ਸੋ ਆਪਣਾ ਧਿਆਨ ਰੱਖੋ ਘਰਾਂ ਦੇ ਵਿੱਚ ਰਹੋ ਜ਼ਰੂਰੀ ਕੰਮ ਹੋਣ ਤੇ ਜਿਹੜਾ ਤੁਸੀਂ ਘਰਾਂ ਦੇ ਬਾਹਰ ਜਿਹੜਾ ਹੈਗਾ ਨਿਕਲੋ ਤੇ ਬੱਚਿਆਂ ਨੂੰ ਵੀ ਮੇਰੀ ਖਾਸ ਅਪੀਲ ਹੈ ਕਿ ਜਦੋਂ ਤੁਸੀਂ ਖੇਡੋ ਤੇ ਬਹੁਤ ਹੀ ਇੱਕ ਤਾਂ ਤੁਸੀਂ ਧੁੱਪੇ ਬਿਲਕੁਲ ਨਾ ਖੇਡੋ ਤੇ ਦੂਜਾ ਆਪਣੇ ਮਾਸਕ ਜ਼ਰੂਰ ਪਾਓ ਹੱਥ ਜੜਾ ਹਗਾ ਵਾਰ-ਵਾਰ ਸੈਨੀਟਾਈਜ਼ ਕਰਦੇ ਰਹੋ ਕਿਸੇ ਨਾਲ ਹੈਂਡਸ਼ੇਕ ਨਾ ਕਰੋ ਇਹ ਜਿਹੜਾ ਹੈਗਾ ਬਹੁਤ ਜ਼ਰੂਰੀ ਆ ਕਿ ਸਰਕਾਰ ਦੇ ਵੱਲੋਂ ਤਾਂ ਇਹ ਪਹਿਲਾਂ ਹੀ ਰਿਆਇਤਾ ਹਦਾਇਤਾ ਜੜੀਆਂ ਗਈਆਂ ਦਿੱਤੀਆਂ ਗਈਆਂ ਨੇ ਕਿਉਂਕਿ ਜਿਸ ਕਦਰ ਕਰੋਨਾ ਵਧਦਾ ਜਾ ਰਿਹਾ ਸੋ ਪਹਿਲਾਂ ਇਹ ਵੀ ਖਬਰ ਨਿਕਲੀ ਸੀ ਕਿ ਕਰੋਨਾ ਦਾ ਜਿਹੜਾ ਨਵਾਂ ਸਟ੍ਰੇਨ ਹੈ ਉਹ ਵੀ ਆ ਚੁੱਕਿਆ ਆ ਜਿਹੜਾ ਕਿ ਤੇਜ਼ੀ ਦੇ ਨਾਲ ਫੈਲ ਰਿਹਾ ਹੈ 70% ਦੀ ਤੇਜ਼ੀ ਦੇ ਨਾਲ ਕਰੋਨਾ ਦਾ ਜਿਹੜਾ ਨਵਾਂ ਸਟ੍ਰੇਨ ਹੈ ਜੇ ਖੈ ਲੋ ਕਿ ਕਰੋਨਾ ਦਾ ਨਵਾਂ ਫੈਮਿਲੀ ਮੈਂਬਰ ਉਹ ਵੀ ਜਿਹੜਾ ਹੈਗਾ ਤੇਜ਼ੀ ਦੇ ਨਾਲ ਜੜਾਏਗਾ ਫੈਲ ਰਿਹਾ ਹੈ ਸੋ ਆਪਣਾ ਧਿਆਨ ਰੱਖੋ ਗਰਮੀ ਵੀ ਬਹੁਤ ਜ਼ਿਆਦਾ ਹੈ ਫਿਲਹਾਲ ਬੱਚਿਆਂ ਨੂੰ ਤਾਂ ਛੁੱਟੀਆਂ ਨੇ ਸਕੂਲਾਂ ਤੋਂ ਤੇ ਬੱਚੇ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਰੋਹ ਤੇ ਆਪਣੇ ਜਿਹੜੀਆਂ ਇੰਡੋਰ ਗੇਮਸ ਹੁੰਦੀਆਂ ਨੇ ਜਿਵੇਂ ਕੈਰਮ ਬੋਰਡ ਹੋ ਗਿਆ ਠੀਕ ਹੈ ਹਾਈਡ ਐਂਡ ਸਿਕ ਹੋ ਗਈ ਇਹ ਤੁਸੀਂ ਜਿਹੜਾਗਾ ਖੇਡ ਸਕਦੇ ਹੋ ਅੱਜਕੱਲ ਬੱਚੇ ਮੈਂ ਦੇਖਾ ਛੋਟੇ ਛੋਟੇ ਬੱਚੇ ਅੱਜਕੱਲ ਲੁੱਡੋ ਬਹੁਤ ਖੇਡ ਰਹੇ ਨੇ ਸੋ ਇਦਾਂ ਦੀਆਂ ਗੇਮਸ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਖੇਡੋ ਇਹਦੇ ਨਾਲ ਤੁਸੀਂ ਜੜਾ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਹੀ ਆਪਣੀ ਫੈਮਲੀ ਮੈਂਬਰ ਦੇ ਨਾਲ ਵੀ ਵਧੀਆ ਟਾਈਮ ਸਪੈਂਡ ਕਰ ਸਕਦੇ ਹੋ ਤੇ ਇਸ ਦੌਰਾਨ ਤੁਹਾਨੂੰ ਜਿਹੜਾ ਹੈਗਾ ਆਪਣੇ ਪਰਿਵਾਰਿਕ ਮੈਂਬਰਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਸੋ ਇਹ ਸਾਰੀਆਂ ਖਬਰਾਂ ਅੱਜ ਸੋ ਅੱਜ ਮਨ ਕੀ ਬਾਤ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਅੱਜ ਰਾਜਪਾਲ ਨੂੰ ਮਿਲੇਗਾ ਭਾਜਪਾ ਦਾ ਵਫਾ ਜਿਸ ਤੋਂ ਬਾਅਦ ਜੜੀ ਪ੍ਰੈਸ ਕਾਨਫਰੰਸ ਵੀ ਜੜੀ ਹੈਗੀ ਉਹਨਾਂ ਵੱਲੋਂ ਕੀਤੀ ਜਾਵੇਗੀ ਸੋ ਇਹ ਸਾਰੀਆਂ ਜਿਹੜੀਆਂ ਖਬਰਾਂ ਨੇ ਸੋ ਇਸ ਤੋਂ ਇਲਾਵਾ ਜੜੀ ਹੈ ਗਿਆ ਘਟਨਾ ਜਿਹੜੀ ਹੋਈ ਸੀਗੀ ਬਹੁਤ ਹੀ ਮੰਦ ਭਾਗੀ ਘਟਾ ਸੋ ਸਾਡੇ ਦਰਸ਼ਕ ਵੀ ਸਾਨੂੰ ਹੈਪੀ ਹੋਲੀ ਬੋਲ ਰਹੇ ਨੇ ਥੈਂਕ ਯੂ ਸੋ ਮਚ ਜੀ ਸਾਰਿਆਂ ਨੂੰ ਦਵਿੰਦਰ ਨੈਤ ਜੀ ਨੇ ਉਹ ਵੀ ਹੈਪੀ ਹੋਲੀ ਬੋਲ ਰਹੇ ਨੇ ਥੈਂਕ ਯੂ ਸਰ ਸੇਮ ਟੂ ਯੂ ਤੇ ਹੋਰ ਵੀ ਦੇ ਦਰਸ਼ਕ ਉਹ ਵੀ ਸਾਨੂੰ ਡਾਕਟਰ ਰਮੇਸ਼ ਜੀ ਨੇ ਹੈਪੀ ਹੋਲੀ ਸਰ ਬ੍ਰਿਜ ਮੋਹਨ ਜੀ ਨੇ ਉਹ ਵੀ ਸਾਨੂੰ ਹੈਪੀ ਹੋਲੀ ਬੋਲ ਰਹੇ ਨੇ ਤੇ ਐਵੇਂ ਹੀ ਸਾਡੇ ਬਹੁਤ ਸਾਰੇ ਦਰਸ਼ਕ ਨੇ ਗੁੱਡ ਮਾਰਨਿੰਗ ਹੈਪੀ ਹੋਲੀ ਸੋ ਹੈਪੀ ਹੋਲੀ ਸਾਰਿਆਂ ਨੂੰ ਤੇ ਵੈਰੀ ਗੁੱਡ ਮਾਰਨਿੰਗ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਕਰਿਆ ਕਰੋ ਹਰ ਰੋਜ਼ ਕੁਝ ਨਵਾਂ ਸਿੱਖਣ ਦੀ ਜੜੀ ਹੈਗੀ ਕੋਸ਼ਿਸ਼ ਕਰਿਆ ਕਰੋ ਮੈਂ ਜ਼ਿੰਦਗੀ ਦੇ ਵਿੱਚ ਇੱਕ ਗੱਲ ਜ਼ਰੂਰ ਸਿੱਖੀ ਆਪਣੇ ਪ੍ਰੋਫੈਸਰ ਆਪਣੇ ਟੀਚਰ ਆਪਣੇ ਗੁਰੂਆਂ ਦੇ ਕੋਲੋਂ ਕਿ ਹਰ ਰੋਜ਼ ਗਲਤੀ ਜ਼ਰੂਰ ਕਰੋ ਪਰ ਉਹ ਗਲਤੀ ਜਿਹੜੀ ਹੈਗੀ ਆ ਰਿਪੀਟ ਨਾ ਕਰੋ ਹਰ ਰੋਜ਼ ਜਿਹੜੀ ਨਵੀਂ ਗਲਤੀ ਜਿਹੜੀ ਹੈਗੀ ਸਾਨੂੰ ਕਰਨੀ ਚਾਹੀਦੀ ਆ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਗਲਤੀ ਨਹੀਂ ਕਰਾਂਗੇ ਤਾਂ ਅਸੀਂ ਸਿੱਖਾਂਗੇ ਨਹੀਂ ਸੋ ਅੱਜ ਇਹ ਮੈਂ ਆਪਣਾ ਵਿਚਾਰ ਤੁਹਾਡੇ ਨਾਲ ਸਾਂਝਾ ਕਰੂੰਗੀ ਗਲਤੀ ਜ਼ਰੂਰ ਕਰੋ ਅਸੀਂ ਇਹ ਨਹੀਂ ਕਹਿੰਦੇ ਗਲਤੀ ਨਾ ਕਰੋ ਪਰ ਉਸ ਗਲਤੀ ਦੇ ਵਿੱਚ ਜਿਹੜਾ ਹਰ ਵਾਰ ਤੁਸੀਂ ਇੱਕ ਨਵੀਂ ਗਲਤੀ ਕਰੋ ਉਸ ਕਿਉਂਕਿ ਉਸ ਦੇ ਨਾਲ ਸਾਨੂੰ ਜਿਹੜਾ ਹੈਗਾ ਸਿੱਖਣ ਨੂੰ ਬਹੁਤ ਕੁਝ ਮਿਲਦਾ ਆ ਸੋ ਸਾਡੀਆਂ ਕਿਤਾਬਾਂ ਬਹੁਤ ਸਾਰ ਨੂੰ ਸਭ ਕੁਝ ਸਿਖਾਉਂਦੀਆਂ ਨੇ ਸਾਡੇ ਗੁਰੂ ਸਾਨੂੰ ਸਭ ਕੁਝ ਸਿਖਾਉਂਦੇ ਨੇ ਬਹੁਤ ਗਿਆਨ ਹੁੰਦੇ ਨੇ ਉਹਨਾਂ ਦੇ ਕੋਲ ਸੋ ਕੋਸ਼ਿਸ਼ ਕਰਿਆ ਕਰੋ ਵਾਤੋਵਾਦ ਸਿੱਖਣ ਦੀ ਅਖਬਾਰਾਂ ਪੜ੍ਹਨ ਦੀ ਤਾਂ ਜੋ ਅਸੀਂ ਆਸ-ਪਾਸ ਦੀ ਘਟਨਾਵਾਂ ਵਾਪਰ ਰਹੀਆਂ ਨੇ ਉਸ ਤੋਂ ਜਿਹੜਾ ਹੈਗਾ ਜਾਗਰੂਕ ਹੋ ਸਕੀਏ ਸੋ ਬਾਕੀ ਜਿਸ ਦਿਨ ਭਾਰਤ ਬਾਂਦ ਸੀ ਉਸ ਦਿਨ ਵੀ ਬਹੁਤ ਜ਼ਿਆਦਾ ਲੋਕ ਖੱਜੜ ਹੋਏ ਸੀਗੇ ਕਈ ਜਗ੍ਹਾ ਤੇ ਫਸੇ ਰਹਿ ਗਏ ਸੀ ਕਈਆਂ ਦੀ ਫਲਾਈਟਸ ਸੀਗੀਆਂ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਸ਼ਾਂਤੀਪੂਰਵਕ ਜਿਹੜਾ ਨਿਪਰੇ ਚੜਿਆ ਸੀ ਭਾਰਤ ਬਾਂਦ ਦਾ ਸਿੱਧਾ ਸੋ ਫਿਲਹਾਲ ਇਹ ਸਭ ਅੱਜ ਖਬਰਾਂ ਨੇ ਬਾਕੀ ਤੁਹਾਨੂੰ ਵਰਲਡ ਪੰਜਾਬੀ ਟੀਵੀ ਜਿਹੜਾ ਪਹਿਲ ਦੇ ਆਧਾਰ ਤੇ ਪਲ-ਪਲ ਦੀ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕਰਦਾ ਰਹੇਗਾ ਫਿਲਹਾਲ ਅੱਜ ਸੰਡੇ ਹੈ ਸੋ ਸੰਡੇ ਵੀ ਜਿਹੜਾ ਹੈਗਾ ਅੱਜ ਬਹੁਤ ਸਾਰਿਆਂ ਨੂੰ ਛੁੱਟੀ ਹੈ ਸੋ ਇੰਜੋਏ ਕਰ ਰਹੇ ਹੋਣਗੇ ਹੋਲੀ ਦੀਆਂ ਤਿਆਰੀਆਂ ਕਰ ਰਹੇ ਹੋਣਗੇ ਕੱਲ ਸਵੇਰ ਤੋਂ ਹੀ ਜਿਹੜਾ ਹੈਗਾ ਬੱਚੇ ਤਾਂ ਸੜਕਾਂ ਤੇ ਫਿਲਹਾਲ ਦਿਸਣਗੇ ਦਿਸਣਗੇ ਮੇਨ ਸੜਕਾਂ ਦੇ ਨਹੀਂ ਕਰਦੇ ਬਾਹਰ ਜਿਹੜਾ ਹੈਗਾ ਪਾਰਕਾਂ ਦੇ ਵਿੱਚ ਬੱਚੇ ਹੋਲੀ ਖੇਡਦੇ ਨਜ਼ਰ ਆਉਣਗੇ ਪਰ ਜ਼ਰਾ ਧਿਆਨ ਦੇ ਨਾਲ ਪਰ ਜਦੋਂ ਤੁਸੀਂ ਰੰਗ ਵੀ ਹੁਣ ਖਰੀਦੋਗੇ ਰੰਗ ਵੀ ਜਿਹੜਾ ਹੈਗਾ ਧਿਆਨ ਦੇ ਨਾਲ ਖਰੀਦਿਓ ਕਿਉਂਕਿ ਜਿਹੜੇ ਰੰਗ ਵੀ ਨੇ ਉਹਨਾਂ 'ਚ ਕੈਮੀਕਲਸ ਹੁੰਦੇ ਨੇ ਤੁਹਾਡੀ ਸਕਿਨ ਨੂੰ ਵੀ ਜਿਹੜਾ ਹੈਗਾ ਖਤਰਾ ਪਹੁੰਚਾ ਸਕਦੇ ਨੇ ਡੈਮੇਜ ਜਿਹੜੀ ਹੈਗੀ ਆ ਕਰ ਸਕਦੇ ਨੇ ਤੇ ਰੰਗ ਦੇਖ ਕੇ ਖਰੀਦੋ ਜਦੋਂ ਵੀ ਤੁਸੀਂ ਰੰਗ ਲੈਣ ਜਾਓ ਖਾਸ ਕਰਕੇ ਬੱਚੇ ਆਪਣੇ ਘਰ ਦੇ ਵਿੱਚ ਕਿਸੇ ਵੱਡੇ ਨੂੰ ਜ਼ਰੂਰ ਜਿਹੜਾ ਹੈਗਾ ਨਾਲ ਲੈ ਕੇ ਚਾਓ ਸੋ ਤੁਸੀਂ ਵੀ ਆਪਣਾ ਧਿਆਨ ਰੱਖੋ ਹੋਲੀ ਦੀਆਂ ਤਿਆਰੀਆਂ ਕਰੋ ਕੱਲ ਹੋਲੀ ਮਨਾਵਾਂਗੇ ਸੋ ਨਾਲੇ ਆਪਣੇ ਕਮੈਂਟ ਦੇ ਜ਼ਰੀਏ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਕਿਵੇਂ ਹੋਲੀ ਮਨਾਈ ਕਿਵੇਂ ਤਿਆਰੀਆਂ ਕਰ ਰਹੇ ਹੋ ਕਿ ਕੁਝ ਕਰ ਰਹੇ ਹੋ ਖਾਣ ਨੂੰ ਕੀ ਕੁਝ ਬਣਾ ਰਹੇ ਹੋ ਤੇ ਜ਼ਰੂਰ ਤੁਸੀਂ ਆਪਣੇ ਕਮੈਂਟ ਦੇ ਜ਼ਰੀਏ ਦੱਸਿਓ ਤੇ ਸਾਡਾ ਚੈਨਲ ਜਿਹੜਾ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ ਜ਼ਰੂਰੀ ਹੈ ਤਾਂ ਕਿ ਪਲਪਲ ਦੀ ਇਨਫੋਰਮੇਸ਼ਨ ਮਾਰਨਿੰਗ ਵਿਦ ਮਨਪ੍ਰੀਤ ਦੇ ਰਾਹੀਂ ਤੁਹਾਡੇ ਬਰੂਹਾਂ ਤੱਕ ਜੜੀ ਹੈਗੀਆ ਪਹੁੰਚ ਸਕੇ ਸੋ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਆਮ ਲੋਕਾਂ ਤੱਕ ਅਸੀਂ ਇਨਫੋਰਮੇਸ਼ਨ ਜੜੀ ਹੈਗੀਆ ਪਹੁੰਚਾ ਸਕੀਏ ਸੋ ਕੱਲ ਮੈਂ ਫੇਰਾਵਾਂਗੀ ਮਾਰਨਿੰਗ ਵਿਦ ਮਨਪ੍ਰੀਤ ਦੇ ਵਿੱਚ ਖੁਸ਼ ਰਹੋ ਹੈਪੀ ਸੰਡੇ ਅਡਵਾਂਸ ਦੇ ਵਿੱਚ ਹੈਪੀ ਹੋਲੀ ਤੇ ਆਪਣਾ ਜਿਹੜਾ ਫੈਮਲੀ ਦੇ ਨਾਲ ਟਾਈਮ ਸਪੈਂਡ ਜ਼ਰੂਰ ਕਰਿਆ ਕਰੋ ਬਹੁਤ ਜ਼ਰੂਰੀ ਹੈ ਸੋ ਖੁਸ਼ ਰਹੋ ਤੇ ਕਰੋਨਾ ਤੋਂ ਬਚ ਕੇ ਰਹੋ ਮਾਸਕ ਜ਼ਰੂਰ ਪਹਿਨੋ ਸੈਨੀਟਾਈਜ਼ਰ ਜ਼ਰੂਰ ਕਰੋ ਤੇ ਹੁਲੀ ਦੀਆਂ ਤਿਆਰੀਆਂ ਕਰੋ ਆਪਾਂ ਕੱਲ ਫਿਰ ਮਿਲਦੇ ਆ ਮਾਰਨਿੰਗ ਵਿਦ ਮਨਪ੍ਰੀਤ ਦੇ ਵਿੱਚ